ਜੀ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇਸ ਵੇਲੇ ਮੈਂ ਹੈਗਾ ਮੇਰੇ ਫਰੈਂਡ ਸੁਖਦੇਵ ਦੇ ਘਰ, ਜੋ ਕਿ ਹੈ ਐਡਮਿੰਟਨ 'ਚ, ਅਤੇ ਮੇਰਾ ਪਹਿਲਾ ਟ੍ਰਿਪ ਸੀ ਕੈਲਗਰੀ ਤੋਂ ਐਡਮਿੰਟਨ ਦਾ। ਅਤੇ ਮੈਂ ਕਿਹਾ ਚਲੋ ਤੁਹਾਨੂੰ ਥੋੜ੍ਹਾ ਜਿਹਾ ਦਿਖਾਈਏ ਕੀ ਹਿਸਾਬ ਕਿਤਾਬ ਆ ਇੱਥੇ ਦਾ ਅਤੇ ਕਿਵੇਂ ਇਹਦਾ ਐਕਸਪੀਰੀਅੰਸ ਰਿਹਾ ਹਜੇ ਤੱਕ ਦਾ। ਅਤੇ ਕਿਉਂਕਿ ਸੁਖਦੇਵ ਇੱਥੇ ਕਾਫੀ ਕਹਿ ਲਓ 2-3 ਸਾਲਾਂ ਤੋਂ ਰਹਿ ਰਿਹਾ ਆ, ਅਤੇ ਓਨਟਾਰੀਓ ਤੋਂ ਹੀ ਅਸੀਂ ਮੂਵ ਹੋਏ ਸੀਗੇ ਸਾਰੇ, ਅਤੇ ਉਸ ਚੀਜ਼ ਦਾ ਕਹਿ ਲਓ ਤਜਰਬਾ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਵੀ, ਅਤੇ ਤੁਹਾਨੂੰ ਆਈਡੀਆ ਹੋਜੂਗਾ ਕਿ ਇੱਥੇ ਕਿੱਦਾਂ ਦੀ ਵਸਨੀਕ ਹੈਗੀ ਆ ਅਤੇ ਕੈਲਗਰੀ ਕੀ ਆ। ਕੈਲਗਰੀ ਤਾਂ ਮੈਂ ਘੁੰਮਦੇ ਰਹਿੰਦਾ, ਤੁਹਾਨੂੰ ਉਹ ਵੀ ਦਿਖਾਵਾਂਗਾ। ਸੋ ਤੁਹਾਨੂੰ ਪਹਿਲਾਂ ਦਿਖਾਈਏ ਬਾਹਰ ਦਾ ਮਾਹੌਲ ਕਿੱਦਾਂ ਦਾ ਇੱਥੇ ਦਾ। ਇਹ ਜਿਹੜੇ ਘਰ ਆ ਮੋਸਟਲੀ ਸਾਰੇ ਉਹ ਜਿੱਦਾਂ ਡਿਟੈਚਡ ਘਰ ਆ ਬਣੇ ਹੋਏ, ਸਿੰਗਲ ਸਿੰਗਲ ਘਰ ਆ, ਜਿੱਦਾਂ ਕੋਈ ਲਾਗੇ ਚਾਗੇ ਲੱਗਦਾ ਨਹੀਂ। ਅਤੇ ਇਹ ਸੁਖਦੇਵ ਦਾ ਘਰ ਆ ਅਤੇ ਬਾਹਰ ਡੈੱਕ ਆ। ਇੰਨੇ ਜਿਹੜਾ ਇਹ ਘਰ ਸੀ, ਆਪਾਂ ਗੱਲਾਂ ਬਾਤਾਂ ਕਰਦੇ ਇਹਦੇ ਨਾਲ ਵੀ, ਤੁਹਾਨੂੰ ਦਿਖਾਉਂਦੇ ਹਾਂ ਨਾਲ ਨਾਲ। ਇਹ ਹੈਗਾ ਜੀ ਲਿਵਿੰਗ ਏਰੀਆ, ਕਾਫੀ ਵੱਡਾ ਵਧੀਆ ਡੈਕੋਰੇਸ਼ਨ ਜੀ ਕੀਤੀ ਹੋਈ ਆ ਅਤੇ ਏਰੀਆ ਵੀ ਵਧੀਆ ਲੱਗਾ। ਅਤੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਸੁੱਖਾ ਸਾਡਾ ਹੈਗਾ ਥੋੜ੍ਹਾ ਜਿਹਾ ਕੈਮਰਾ ਸ਼ਾਹੀ, ਸੋ ਕੋਈ ਚੱਕਰ ਨਹੀਂ ਉਹਦੇ ਨਾਲ, ਬਟ ਤੁਸੀਂ ਆਵਾਜ਼ ਸੁਣ ਸਕਦੇ ਹੋ। ਅਤੇ ਇਹ ਸੁਖਦੇਵ ਹਰਾਂ ਆ ਆਂਟੀ ਨਾਲ, ਬਾਕੀ ਤੁਸੀਂ ਆਵਾਜ਼ ਤਾਂ ਸੁਣ ਹੀ ਲਓਗੇ। ਮਾਈਕ ਤਾਂ ਹੋਰ ਵੀ ਸੁੱਖਿਆ, ਕੀ ਹਾਲ ਆ? ਹੋਰ ਦੱਸ ਫਿਰ ਕਿਵੇਂ ਲੱਗ ਰਿਹਾ ਅੱਜ? ਯਾਰ ਦੋਸਤ ਆਏ ਆ ਅੰਟਾਰੀਓ ਤੋਂ ਤੇ ਫਿਰ ਕੈਲਗਰੀ ਤੋਂ। ਬੜਾ ਵਧੀਆ ਲੱਗ ਰਿਹਾ ਕਿਉਂਕਿ ਹੁਣ ਮੈਂ ਕਈ ਮਹੀਨੇ ਡੇਢ ਮਹੀਨੇ ਤੋਂ ਇਕੱਲੇ ਹੀ ਰਹਿ ਰਿਹਾ ਸੀਗਾ। ਹਾਂ, ਬਾਕੀ ਚਲੋ ਮੈਂ ਕਿਹਾ ਮੈਂ ਵੀਡੀਓ ਬਣਾ ਲਈ, ਆਪਾਂ ਗੱਲਾਂ ਬਾਤਾਂ ਜਿਹੜੀਆਂ ਕਰਨੀਆਂ ਸੀ। ਬਾਹਰੋਂ ਮੈਂ ਦਿਖਾ ਕੇ ਆਇਆ ਸੀਗਾ ਹੁਣ ਕਿ ਡਿਟੈਚਡ ਘਰ ਆ ਇੱਥੇ ਦੇ, ਤੇ ਕੁਝ ਬ੍ਰੈਂਪਟਨ ਵੀ ਮੇਰੇ ਕਈ ਦੋਸਤਾਂ ਨੇ ਏਦਾਂ ਦੇ ਘਰ ਲਿੱਤੇ ਹਨ। ਤੇ ਆਪਾਂ ਜਿਹੜਾ ਇਹ ਘਰ ਆ, ਇਹ ਮੈਂ ਹੁਣ ਦਿਖਾਉਣਾ, ਇਹ ਕਿਚਨ ਏਰੀਆ ਹੈ ਸੁਖਦੇਵ ਦਾ ਇੱਥੇ। ਅਤੇ ਸੁੱਖੇ ਜਿਹੜਾ ਘਰ ਆ ਆਪਣਾ, ਆਪਾਂ ਰਫ ਫਿਗਰ ਹੀ ਦੱਸ ਦਈਏ ਐਵਰੇਜ, ਕਿ ਜੇ ਅੱਜ ਦੇ ਟਾਈਮ 'ਚ ਲੈਣਾ ਹੋਵੇ ਘਰ ਇੱਥੇ, ਇਹ ਕੀ ਰੇਟ ਜਾ ਰਿਹਾ? ਜੇ ਕੋਈ ਲਾਗੇ ਚਾਗੇ ਕਿਸੇ ਨੇ ਸੇਲ ਕੀਤਾ ਹੋਵੇ, ਜੇ ਰਿਐਲਟਰ ਤੇ ਆਪਾਂ ਦੇਖੀਏ, ਕਿਉਂਕਿ ਜਿਵੇਂ ਜੇ ਆਪਾਂ ਬਿਲਟ ਇਨ ਏਰੀਆ ਵੀ ਚੈੱਕ ਕਰਦੇ ਤਾਂ ਕਰਕੇ ਜਿਵੇਂ ਕਿ ਇਹ 350-320 ਤੱਕ ਜਾਣਾ ਚਾਹੀਦਾ। ਪਰ ਤੂੰ ਉੱਤੇ ਰੈਨੋਵੇਸ਼ਨ ਵੀ ਕਰਾਈ ਹੈ ਨਾ, ਜਿੱਦਾਂ ਇਹ ਘਰ ਦੇ ਉੱਤੇ ਜਦੋਂ ਤੂੰ ਲਿੱਤਾ ਸੀਗਾ ਉਦੋਂ ਇਹ ਰੈਨੋਵੇਸ਼ਨ ਨਹੀਂ ਹੋਈ ਸੀਗੀ, ਕਿਉਂਕਿ ਰੈਨੋਵੇਸ਼ਨ ਹੋਈ ਹੋਵੇ, ਸਾਰਾ ਕੁਝ ਡਨ ਹੋਵੇ। ਜਿੱਦਾਂ ਹੁਣ ਇੱਥੇ ਤੂੰ ਕੀ ਕੀ ਕਿਹੜਾ ਕਿਹੜਾ ਕੰਮ ਕਰਾਇਆ, ਜਿੱਦਾਂ ਕਿਚਨ ਤੇ ਕੀ ਕਰਾਇਆ ਸੀਗਾ? ਕਿਚਨ ਐਜ਼ ਇਟ ਮਿਲੀ ਸੀਗੀ ਕੰਪਲੀਟ ਹੀ, ਹੈ ਨਾ? ਤੇ ਆਪਣੇ ਘਰ 'ਚ ਕੰਮ ਜਿਹੜਾ ਕੀ ਕਰਾਇਆ, ਪੇਂਟ ਦਾ? ਫਲੋਰਿੰਗ ਇਹ ਚੀਜ਼ ਹੁੰਦੀ ਹੈ ਜੀ, ਜਿਹਨਾਂ ਨੂੰ ਨਹੀਂ ਪਤਾ, ਜਿਹਨਾਂ ਨੂੰ ਪਤਾ ਉਹ ਤੇ ਬਹੁਤ ਵਧੀਆ। ਪਰ ਉਹ ਜਿਹੜੀ ਫਲੋਰਿੰਗ ਜਿੱਦਾਂ ਹੁਣ ਇਹਦੀ ਫਿਨਿਸ਼ ਹੋਈ ਪਈ, ਉਹ ਏਦਾਂ ਕਲੀਨ ਸੀਗੀ, ਵਧੀਆ ਸੀਗੀ ਫਲੋਰਿੰਗ ਹੋਈ ਪਈ ਕੇ? ਫਲੋਰਿੰਗ ਉਹ ਸਹੀ ਸੀਗੀ, ਜਿਵੇਂ ਕਿ ਹਾਰਡਵੁੱਡ ਸੀ, ਇਹਦੇ ਨੀਚੇ ਹਲੇ ਵੀ ਲੱਗੀ ਆ, ਹਾਰਡਵੁੱਡ ਸੀਗੀ ਨੀਚੇ। ਓਕੇ, ਜਿਵੇਂ ਕਿ ਉਹਦੀ ਜਿਵੇਂ ਕਿ ਥੋੜੀ ਜਿਹੀ ਜਿਵੇਂ ਕਿ ਲਾ ਲਓ ਵੀ ਜੇ ਆਪਾਂ ਉੱਪਰ ਜਾਂਦੇ ਆ ਅਪਸਟੇਅਰਸ ਵਾਲੀ ਚੇਂਜ ਹੋਣੇ ਵਾਲੀ ਸੀਗੀ, ਵਿੱਚ ਥੋੜੇ ਬਹੁਤੇ ਸੀਗੇ ਸਪੋਰਟਸ ਜਿਹੜੇ ਕਿ ਵੀ ਖਰਾਬ ਸੀਗੇ, ਜਿਵੇਂ ਕਿ ਹੋਣੇ ਵਾਲੀ ਸੀਗੀ ਥੋੜੀ ਜਿਹੀ ਰਿਪੇਅਰ। ਠੀਕ ਹੈ, ਫਿਰ ਆਪਾਂ ਨੇ ਕੀ ਕੀਤਾ, ਫਿਰ ਆਪਾਂ ਨੇ ਸਾਰੀ ਘਰ ਦੀ ਚੇਂਜ ਕਰਵਾਤੀ ਸੀਗੀ, ਕਮਲ ਕਰਤੀ ਸੀਗੀ ਸਾਰੀ ਉਹ। ਠੀਕ ਹੈ, ਤੇ ਉਹਦੇ ਕਰਕੇ ਫਿਰ ਸਾਨੂੰ ਰੰਗ ਵੀ ਚੇਂਜ। ਤੇ ਉਹਦੇ ਜਿਹੜਾ ਤੂੰ ਉੱਤੇ ਖਰਚਾ ਕੀਤਾ ਆ, ਉਹ ਐਵਰੇਜ ਕਿ ਆਪਾਂ ਰਫ ਫਿਗਰਾਂ 'ਚ ਜਾਈਏ ਤੇ ਕਿੰਨਾ ਕੁ ਖਰਚਾ ਉੱਤੇ ਹੋ ਗਿਆ? ਪ੍ਰੈਜ਼ੈਂਟ ਮੈਂ ਜਿਵੇਂ ਕਿ ਮੈਨੂੰ ਲੱਗਦਾ ਕਿ ਵੀ ਸਾਡਾ ਅਰਾਊਂਡ
$20,000 ਖਰਚਾ ਹੋਇਆ ਵਾ, $20,000 ਹੈ ਨਾ ਉੱਤੇ ਜਿਹੜਾ ਕਹਿ ਲਓ ਆਪਾਂ। ਤੇ ਜੇ ਮੰਨ ਲਓ ਜੇ ਅੱਜ ਦੇ ਟਾਈਮ 'ਚ ਕੋਈ ਬੰਦਾ ਅੰਟਾਰੀਓ ਤੋਂ ਮੂਵ ਹੁੰਦਾ ਆ ਤੇ ਇਹੋ ਜਿਹੇ ਏਰੀਏ 'ਚ ਘਰ ਲੈਣਾ ਹੋਵੇ ਉਹਨੇ, ਤਾਂ ਉਹਨੂੰ 3.5 ਲੱਖ ਆਪਾਂ ਕਹਿ ਲਈਏ ਕਿ ਲੋਨ ਅਪਰੂਵਲ ਦੀ ਲਿਮਿਟ ਆਪਣੀ ਰੱਖ ਲਏ ਬੰਦਾ, ਤੇ 4 ਲੱਖ ਦੀ ਜੇ ਲਿਮਿਟ ਅਗਲੇ ਦੀ ਕ੍ਰੋਸ ਹੁੰਦੀ ਹੋਵੇ ਤੇ ਬੰਦਾ ਬਹੁਤ ਕੰਫਰਟੇਬਲੀ ਉੱਥੇ ਘਰ ਲੈ ਸਕਦਾ ਨਾ ਆਰਾਮ ਨਾਲ। ਹੁਣ ਅਸੀਂ ਵੀ ਥੋੜ੍ਹਾ ਜਿਹਾ ਸੋਚ ਰਹੇ ਹਾਂ ਅਪਗ੍ਰੇਡ ਕਰਨ ਬਾਰੇ, ਜਿਵੇਂ ਮਾਰਕੀਟ ਅਸੀਂ ਦੇਖਦੇ ਹਾਂ, ਜਿਵੇਂ ਕਿ ਤੁਸੀਂ ਜੇ ਆਈ ਥਿੰਕ 1400 ਸਕੇਅਰ ਫੀਟ ਦਾ ਜੇ ਤੁਸੀਂ ਘਰ ਲੈਣਾ ਹਾਫ ਡਿਊਪਲੈਕਸ, ਜਿਵੇਂ ਤੁਸੀਂ ਬਿਲਟਿਨ ਏਰੀਆ ਵੀ ਦੇਖ ਲਓ 20-10+ ਦੇਖਦੇ ਹਾਂ, ਤੁਹਾਨੂੰ ਅਰਾਊਂਡ 365-370 ਦੇ ਵਿੱਚ ਮਿਲਣਾ ਚਾਹੀਦਾ। ਠੀਕ ਆ, ਬਾਕੀ ਡਿਪੈਂਡ ਕਰਦਾ ਤੁਸੀਂ ਕਿਸ ਏਰੀਆ 'ਚ ਦੇਖਦੇ ਪਏ ਹੋ। ਜੇ ਤੁਸੀਂ ਐਡਮਿੰਟਨ ਦੇ ਨੌਰਥ ਏਰੀਆ 'ਚ ਦੇਖਦੇ ਹੋ, ਆਈ ਮੀਨ ਟੂ ਸੇ ਨੌਰਥ ਏਰੀਆ ਜਿਵੇਂ ਕਿ ਐਂਥਨੀ ਹੈਡ ਦੇ ਲਾਗੇ ਲਾਗੇ ਰਿੰਗ ਰੋਡ ਦੇ, ਉੱਥੇ ਤੁਹਾਨੂੰ ਥੋੜ੍ਹਾ ਜਿਹਾ ਏਰੀਆ ਵਧੀਆ ਮਿਲ ਜਾਂਦਾ ਉੱਥੇ। ਫਿਰ ਜਿਵੇਂ ਕਿ ਐਜ਼ ਕੰਪੇਅਰ ਟੂ ਸਾਊਥ ਸਾਈਡ, ਉਸ ਤੋਂ ਜੇ ਨੌਰਥ ਸਾਈਡ ਨੂੰ ਆਪਾਂ ਕੰਪੇਅਰ ਕਰਦੇ, ਘੱਟੋ ਘੱਟ $50,000 ਤੋਂ ਲੈ ਕੇ $1,00,000 ਤੱਕ ਦਾ ਜੋ ਡਿਫਰੈਂਸ ਹੈਗਾ ਘਰਾਂ ਦਾ। ਅਤੇ ਜੇ ਆਪਾਂ ਆਪਣੀ ਕਮਿਊਨਿਟੀ ਦੀ ਗੱਲ ਕਰਦੇ ਹਾਂ, ਜੇ ਮੰਨ ਲਓ ਕਿ ਦੇਖਿਆ ਜਾਵੇ ਪੰਜਾਬੀ ਆਪਣੇ ਜਿਹੜੇ ਆ, ਜਿੱਦਾਂ ਆਪਾਂ ਕੈਲਗਰੀ ਦੀ ਗੱਲ ਕਰੀਏ ਨਾ, 4 ਪੋਰਸ਼ਨ 'ਚ ਡਿਵਾਈਡ ਆ, ਨੌਰਥ ਈਸਟ ਵੈਸਟ ਅਤੇ ਸਾਊਥ ਈਸਟ ਅਤੇ ਵੈਸਟ, ਅਤੇ ਆਈ ਥਿੰਕ ਇੱਥੇ ਵੀ ਇੱਦਾਂ ਹੀ ਸੇਮ ਕਨਸੈਪਟ ਆ, 4 ਕੋਆਰਡੀਨੇਟ। ਅਤੇ ਆਪਣੇ ਦੇਸੀ ਜਿਹੜੇ ਉਹ ਕਿਹੜੀ ਜਗ੍ਹਾ ਰਹਿ ਰਹੇ ਆ ਜ਼ਿਆਦਾ, ਜਿਵੇਂ ਮੈਂ ਤੁਹਾਨੂੰ ਪਹਿਲਾਂ ਮੈਪ 'ਚ ਸ਼ੋਅ ਕੀਤਾ ਸੀਗਾ, ਜਦੋਂ ਆਪਾਂ ਉਹ ਏਅਰਪੋਰਟ ਦੇ ਲਾਗੇ ਮੈਂ ਦੇਖਦਾ ਸੀਗਾ ਥੱਲੇ ਨੂੰ ਨਾ, ਐਡਮਿੰਟਨ ਦੇ ਏਅਰਪੋਰਟ ਤੋਂ ਆਪਾਂ ਨੌਰਥ ਵੱਲ ਨੂੰ ਜਾਈਏ ਤਾਂ ਆਪਣਾ ਇੱਕ ਏਰੀਆ ਵੱਜਦਾ, ਜਿਵੇਂ ਕਿ ਜਿੱਥੇ ਜਿਵੇਂ ਸਭ ਤੋਂ ਪੁਰਾਣਾ ਏਰੀਆ ਜਿਹਨੂੰ ਕਹਿੰਦੇ ਆ ਵੀ ਕੋਮਨ, ਮੋਸਟ ਕੋਮਨ ਕਹਿ ਦਿੰਦੇ ਆ, ਏਅਰਪੋਰਟ ਏਰੀਆ ਕਹਿ ਦਿੰਦੇ ਆ, ਉਹ ਨੌਰਥ ਈਸਟ ਏਰੀਆ 'ਚ ਪੈਂਦਾ ਜਿੱਦਾਂ, ਨਹੀਂ ਉਹ ਸਾਊਥ ਈਸਟ, ਸਾਊਥ ਈਸਟ ਪੈਂਦਾ। ਜਿਵੇਂ ਕਿ ਜੇ ਆਪਾਂ ਮੈਪ 'ਚ ਜਾਈਏ ਤੇ ਮੈਪ ਦੇ ਰਿਗਾਰਡਿੰਗ ਤੁਹਾਨੂੰ ਕਹਿੰਦੇ ਆ ਕਿ ਉਹ ਨੌਰਥ ਈਸਟ ਕਹਿ ਦਿੰਦੇ ਆ, ਕਿਉਂਕਿ ਜਦੋਂ ਰਿਐਲਟਰ 'ਚ ਬੰਦੇ ਨੇ ਲੱਭਣਾ, ਜੇ ਕੋਈ ਦੇਖ ਕੇ ਸੋਚਣਾ ਚਾਹੁੰਦਾ ਕਿ ਬਈ ਆਪਾਂ ਏਰੀਏ 'ਚ ਆ, ਨੌਰਥ ਈਸਟ ਪਾ ਕੇ ਦੇਖ, ਨੌਰਥ ਈਸਟ ਜਿਹੜਾ ਏਰੀਆ ਐਡਮਿੰਟਨ ਦਾ, ਉੱਥੇ ਐਵਰੇਜ ਕਹਿ ਲਾ ਕੇ ਮੀਨਸ ਹੈ ਨਾ, ਦੇਸੀ ਆਪਣੇ ਜ਼ਿਆਦਾ ਰਹਿ ਰਹੇ ਆ, ਪੰਜਾਬੀ ਜ਼ਿਆਦਾ ਆ, ਉੱਥੇ ਤੁਹਾਨੂੰ ਪ੍ਰੋਪਰਟੀ ਮਿਲੂਗੀ। ਮੈਂ ਹੁਣ ਆਪਣਾ ਪਰਸਨਲ ਓਪੀਨੀਅਨ ਲਵਾਂ, ਮੈਂ ਰਿਹਾ ਜੀ ਚੈਸਟਰਮੇਅਰ ਏਰੀਆ ਜਿਹੜਾ ਨਾ, ਜਦੋਂ ਆਪਾਂ ਆਏ ਸੀਗੇ ਉਹ ਬੜਾ ਇੱਕ ਉਹ ਉੱਥੇ ਹੈਗੀ ਆ ਆਪਣੀ ਕਮਿਊਨਿਟੀ ਹੈਗੀ ਆ, ਬਟ ਉੱਥੇ ਹੋਰ ਬਥੇਰੇ ਕਮਿਊਨਿਟੀ ਦੇ ਲੋਕ ਰਹਿ ਰਹੇ ਆ, ਉਹ ਇੱਦਾਂ ਨਹੀਂ ਕਿ ਬਿਲਕੁਲ ਜਿੱਦਾਂ ਨੌਰਥ ਈਸਟ ਇੱਕ ਗਾੜ ਆ, ਉਹ ਹਿਸਾਬ ਨਹੀਂ ਹੈਗਾ। ਅਤੇ ਉੱਥੇ ਆਪਾਂ ਰਹੇ ਹਾਂ ਤਾਂ ਸਾਨੂੰ ਟੂ ਬੀ ਓਨੈਸਟ ਸਾਡਾ ਬਜਟ ਉਹਨਾਂ ਨਹੀਂ ਕਿ ਆਪਾਂ ਉੱਥੇ ਲੈ ਬੰਦੇ, ਕਿਉਂਕਿ ਉਹ ਏਰੀਆ ਇੱਕ ਤਾਂ ਲੇਕ ਲੂਕ ਆ ਉੱਦਾਂ ਬੜਾ ਸੋਹਣਾ ਆ, ਕਮਿਊਨਿਟੀ ਆਪਣੀ ਹੈਗੀ ਆ, ਬਟ ਹੋਰ ਬਹੁਤ ਕਮਿਊਨਿਟੀ ਆਇਆ ਤਾਂ ਉਹ ਮਿਕਸ ਕਲਚਰ ਦੇ ਨਾਲ ਆਪਾਂ ਬਹੁਤ ਕੰਫਰਟੇਬਲ ਫੀਲ ਕਰਦੇ ਸੀਗੇ, ਹਰ ਚੀਜ਼ ਸਿੱਖਣ ਨੂੰ ਵੀ ਮਿਲਦੀ ਹੈ, ਜੇ ਮੰਨ ਲਓ ਬਜ਼ੁਰਗ ਆ ਕੇ ਰਹਿੰਦੇ ਵੀ ਹੈ ਤਾਂ ਉਹਨਾਂ ਨੂੰ ਵੀ ਈਜ਼ੀ ਹੋ ਜਾਂਦਾ ਨਾ, ਉਹ ਚੀਜ਼ ਪੁਆਇੰਟ ਦੇ ਹਿਸਾਬ ਨਾਲ ਵੀ ਠੀਕ ਹੈ। ਅਤੇ ਆਈ ਥਿੰਕ ਇਟਸ ਓਕੇ, ਮੀਨ ਸਹੀ ਆ, ਜੋ ਆਪਣੀ ਤੁਹਾਡੀ ਕਿੰਨੀ ਕੁ ਰੇਂਜ ਆ, ਕਿੱਥੇ ਰਹਿਣਾ ਆ ਤੁਸੀਂ, ਹੈ ਨਾ, ਇਹ ਚੀਜ਼ਾਂ ਮੀਨ ਜਦੋਂ ਘਰ ਲੈਂਦੇ ਹੋ ਇਹ ਚੀਜ਼ਾਂ ਸੋਚਿਓ, ਕਿਉਂਕਿ ਅਸੀਂ ਵੀ ਹੁਣ ਦੋਵੇਂ ਘਰਾਂ ਦੇ ਓਨਰ ਆ, ਸਾਨੂੰ ਵੀ ਇਹ ਚੀਜ਼ਾਂ ਸੋਚਣੀਆਂ ਪੈਂਦੀਆਂ, ਪੇਰੈਂਟਸ ਇੰਡੀਆ ਆਉਣਗੇ ਤਾਂ ਕੀ ਕਰਨਗੇ ਹੈ ਨਾ। ਜਦੋਂ ਅਸੀਂ ਰੀਸੈਂਟਲੀ ਜਦੋਂ ਲਿਆ ਸੀਗਾ ਉਦੋਂ ਆਪਾਂ ਨੇ ਇਹ ਚੀਜ਼ ਨੂੰ ਨਜ਼ਰ ਅੰਦਾਜ਼ ਕਰਤਾ ਸੀ, ਨਜ਼ਰ ਇਗਨੋਰ ਇਸ ਸੈਂਸ 'ਚ ਕੀਤਾ ਸੀਗਾ ਕਿ ਵੀ ਯਾਰ ਕਮਿਊਟ ਐਵਰੀ ਡੇ ਤੁਸੀਂ ਕਮਿਊਟ ਕਰਨਾ, ਤੁਸੀਂ ਮੋਸਟਲੀ ਕਿੱਥੇ ਜਾਂਦੇ ਆਪਣੇ ਵਰਕ ਪਲੇਸ 'ਤੇ ਜਾਂਦੇ, ਕੰਮ 'ਤੇ ਜਾਂਦਾ ਬੰਦਾ ਜਾਂਦੇ ਉਹਦਾ, ਹਾਂ 5 ਦਿਨ ਇੱਥੇ ਮੈਂ ਅੱਜ ਦੀ ਡੇਟ 'ਚ ਜਿੱਥੇ ਮੈਂ ਘਰ ਲਿਆ, ਇੱਥੋਂ ਮੇਰਾ ਜਿਹੜਾ ਵਰਕ ਪਲੇਸ ਆ, ਜਿਵੇਂ ਕਿ ਉਹ ਸਮਰ ਦੇ ਵਿੱਚ ਮੈਂ ਕਹੂੰਗਾ ਕਿ ਵੀ ਮੈਨੂੰ 12 ਮਿੰਟ ਲੱਗਦੇ ਜਾਣ ਨੂੰ, ਵਿੰਟਰ 'ਚ 15, ਜਿਵੇਂ ਕਿ ਅਪਰੋਕਸੀਮੇਟ 10-15 ਮਿੰਟ ਲੱਗਦੇ ਮੈਨੂੰ ਜਾਣ ਨੂੰ, ਇੰਨਾ ਹੀ ਮੈਨੂੰ ਟਾਈਮ ਵਾਪਸ ਆਉਣ ਨੂੰ ਲੱਗਦਾ, ਨਾ ਟ੍ਰੈਫਿਕ ਹੁੰਦਾ, ਕੁਛ ਵੀ ਨਹੀਂ ਹੁੰਦਾ ਹੈਗਾ। ਜੇ ਮੈਂ ਰੋਡ ਹੈ ਨਾ ਜਿਹੜੀ ਬਾਹਰ, ਉਹ ਬੜਾ ਈਜ਼ੀ ਕਰ ਦਿੰਦੀ ਹੈ ਕਿ ਬੰਦਾ A to B ਪਹੁੰਚ ਜਾਂਦਾ, ਉਹ ਕਨੈਕਟੀਵਿਟੀ ਜਿਵੇਂ ਕਿ ਵਧੀਆ ਬਣਾਈ ਹੋਈ ਹੈ ਨਾ, ਤੁਹਾਨੂੰ ਸ਼ਹਿਰ ਦੇ ਵਿੱਚੋਂ ਜਾਣ ਦੀ ਲੋੜ ਨਹੀਂ,
ਬਿਲਕੁਲ ਤੁਸੀਂ ਜੇ ਨੌਰਥ ਤੋਂ ਸਾਊਥ ਜਾਣਾ ਤੁਸੀਂ ਅਪਰੋਕਸੀਮੇਟਲੀ ਮੰਨ ਕੇ ਚੱਲੋ 35 ਮਿੰਟਸ, ਈਸਟ ਟੂ ਵੈਸਟ ਜਾਣਾ 45-35 ਮਿੰਟ। ਤੈਨੂੰ ਇੱਥੇ ਹੁਣ ਕਿੰਨੇ ਦਿਨ ਕਿੰਨੀ ਦੇਰ ਹੋ ਗਈ ਹੈ ਕਰ ਲਿੱ ਤੈਨੂੰ ਇਹ ਵਾਲਾ? ਮੈਂ ਉਹਨੇ 2021 ਚ ਅਸੀਂ ਮੂਵ ਇਨ ਕੀਤਾ ਸੀਗਾ 2021 ਚ, ਹੈ ਨਾ? ਹਾਂ ਮੈਂ ਵੀ ਅਸੀਂ ਮੂਵ ਕੀਤਾ ਸੀ 2020 ਦੇ ਐਂਡ ਜੇ ਚ, ਹਾਂ ਅਗਸਤ ਜਾਂ ਸਪਟੈਂਬਰ ਦੇ ਉਹਨਾਂ ਦੌਰਾਨ ਆਏ ਸੀ। ਠੀਕ ਆ, ਤੇ ਜੇ ਆਪਾਂ ਉਸ ਜੇ ਮੀਨਸ ਫਿਗਰਾਂ ਦੀ ਆਪਾਂ ਗੱਲ ਕਰਦੇ ਹਾਂ ਨਾ, ਜਿੱਦਾਂ ਮੈਂ ਇੱਕ ਪਿੱਛੇ ਦੀ ਵੀਡੀਓ ਪਾਈ ਵੀ ਸੀਗੀ, ਤੇ ਇੱਕ ਐਗਜੈਕਟਲੀ ਜੇ ਨਵੇਂ ਬੰਦੇ ਨੇ ਘਰ ਲੈਣਾ ਹੋਵੇ, ਕਿਉਂਕਿ ਮੈਨੂੰ ਵੀ ਕੁਝ ਚੀਜ਼ਾਂ ਯਾਦ ਆ ਕੋਈ ਤੇਰੇ ਵੀ ਦਿਮਾਗ 'ਚ ਹੋਣੀਆਂ, ਕਿ ਆਪਾਂ ਨੂੰ ਕੀ ਕੀ ਚਾਹੀਦਾ ਹੁੰਦਾ ਬੇਸਿਕ ਜਦੋਂ ਬੰਦਾ ਮੂਵ ਹੁੰਦਾ ਆ? ਬੇਸਿਕ ਤਾਂ ਇਹੀ ਆ ਕਿ ਵੀ ਤੁਹਾਡੇ ਕੋਲ ਜੋਬ ਹੋਣੀ ਚਾਹੀਦੀ ਆ, ਐਟਲੀਸਟ 3 ਮੰਥ ਪੁਰਾਣੀ ਹੋਵੇ, 3 ਮਹੀਨੇ ਦੀ, ਹੈ ਨਾ? ਪ੍ਰੋਵੀਸ਼ਨ ਚ ਨਹੀਂ ਹੋਣੀ ਚਾਹੀਦੀ, ਥੋੜਾ ਐਕਸਪੀਰੀਅੰਸ ਤੁਹਾਨੂੰ ਲਿਖ ਕੇ ਦੇਣਾ ਚਾਹੀਦਾ ਕਿ ਵੀ ਇੱਕ ਫੁੱਲ ਟਾਈਮ ਇੰਪਲੋਈ ਆ, ਵੀ ਇਹ ਮੇਰਾ ਫੁੱਲ ਟਾਈਮ ਇੰਪਲੋਈ ਆ, ਇਹਦੇ ਇਹ ਵੇਜਿਸ ਆ, ਵੀ ਇਹਦਾ ਜੇ ਉਹ ਸੈਲਰੀ ਤੇ ਉਹਦੀ ਸੈਲਰੀ ਲਿਖ ਦਿੰਦੇ ਆ, ਜੇ ਕੋਈ ਆਵਰਲੀ ਕੰਮ ਕਰਦਾ ਉਹਦੇ ਆਵਰਲੀਸ਼ਨ ਕਰਕੇ ਉਹਦਾ ਮੰਥਲੀ ਜਿਵੇਂ ਕਿ ਇਅਰਲੀ ਬਣਾ ਦਿੰਦਾ। ਹਾਂ ਫਸਟ ਮੇਰੇ ਖਿਆਲ ਨਾਲ ਤੁਹਾਡਾ ਹੀ ਸਟੈਪ ਆ, ਤੇ ਸੈਕਿੰਡ ਫਿਰ ਤੁਸੀਂ ਆਪਣਾ ਜਿਵੇਂ ਕਿ ਸਾਰਿਆਂ ਨੂੰ ਪਤਾ ਕਿ ਪ੍ਰੀ ਅਪਰੂਵਲ ਵਾਸਤੇ ਜਿਵੇਂ ਕਿ ਬੇਸਿਕ ਫੰਡ ਆ ਕਿ ਵੀ ਤੁਹਾਡੇ ਇਨਕਮ ਦਾ 4 ਟਾਈਮਸ ਤੁਹਾਨੂੰ ਉਹ ਲੋਨ ਦਿੰਦੇ ਆ, ਜਿਹਦੇ ਵਿੱਚ ਕਿ ਫੋਰ ਐਗਜ਼ਾਮਪਲ ਤੁਸੀਂ ਅੱਜ ਦੀ ਡੇਟ ਦੇ ਵਿੱਚ ਤੁਹਾਡੀ ਫੈਮਿਲੀ ਇਨਕਮ $1,00,000 ਆ, ਰਾਈਟ? ਤੁਹਾਡੀ ਜਿਹੜੀ ਬੈਂਕ ਕੀ ਕਹਿੰਦੀ ਹੈ, ਬੈਂਕ ਕਹਿੰਦੀ ਵੀ ਤੁਹਾਨੂੰ ਅਸੀਂ 4 ਟਾਈਮਸ ਲੋਨ ਦਊਂਗੇ ਤੁਹਾਡੀ ਫੈਮਿਲੀ ਇਨਕਮ ਦੇ ਵਿੱਚ, ਵਿਚ ਇਜ਼ ਇਕੁਅਲ ਟੂ 400,000, ਰਾਈਟ? $400,000 ਹੋ ਗਿਆ, ਉਹ ਇੱਕ ਦਾ 4 ਗੁਣਾ ਹੋ ਗਿਆ, 4,00,000। ਹਾਂ, ਫਿਰ ਵੀ ਉਹ ਬੈਂਕ ਥੋੜਾ ਜਿਹਾ ਆਪਣਾ ਆਪਣੇ ਆਪ ਨੂੰ ਸਿਕਿਓਰ ਰੱਖਦੀ ਆ, ਉਹ ਤੁਹਾਨੂੰ ਕੀ ਕਹੂਗੀ, ਉਹਨੇ ਤੁਹਾਨੂੰ 4 ਹੀ ਨਹੀਂ ਦੇਣਾ, ਉਹਨੇ ਕਹਿਣਾ ਵੀ ਮੈਂ ਤੁਹਾਨੂੰ 380 ਦਊਂਗਾ ਜਾਂ 370 ਦਊਂਗਾ, ਉਹਨੇ ਆਪਣੀ ਸੇਫਟੀ ਲੈ ਕੇ ਚੱਲਣੀ ਆ। ਬਿਲਕੁਲ, ਫਿਰ ਉਹਦੇ ਵਿੱਚ ਥੋੜਾ ਐਕਸਟਰਾ ਕੀ ਹੋ ਜਾਂਦਾ, ਤੁਸੀਂ ਉਹ 'ਚ ਡਾਊਨ ਪੇਮੈਂਟ ਕੀ ਪਾਉਂਦੇ ਹੋ, ਫਿਰ ਤੁਸੀਂ ਉਸ ਹਿਸਾਬ ਨਾਲ ਆਪਣਾ ਬਜਟ ਸੈੱਟ ਕਰ ਸਕਦੇ ਹੋ। ਤੇ ਜੇ ਮੰਨ ਲਓ ਇੱਥੇ ਆਪਾਂ ਕਹਿੰਦੇ ਹਾਂ ਕਿ 4,00,000 ਦਾ ਘਰ ਹੈ, ਮੀਨਸ 3.5 ਹੀ ਲਾ ਕੇ ਚੱਲੀਏ, ਹੈ ਨਾ, 3.5 ਦੇ ਹਿਸਾਬ ਨਾਲ ਮਿਨੀਮਮ ਪੇਮੈਂਟ ਕਿੰਨੀ ਤੇ ਅਪਰੂਵ ਹੋ ਜਾਏਗਾ? ਮੀਨਸ ਜਿਵੇਂ ਜੇ ਤੁਸੀਂ ਫਸਟ ਹੋਮ ਬਾਇਰ ਹੋ, ਜਿਵੇਂ ਉਹ ਕਹਿੰਦੇ ਆ ਪਹਿਲੀ ਵਾਰੀ ਜਿਹੜਾ ਘਰ ਲੈ ਰਿਹਾ, 5% ਤੇ ਤੁਸੀਂ ਅਪਰੂਵ ਹੋ ਜਾਂਦੇ ਹੋ, ਤੁਹਾਨੂੰ ਮਿਨੀਮਮ 5% ਕਰਨਾ ਹੀ ਪੈਂਦਾ, ਬਟ ਤੁਹਾਨੂੰ ਉਹਦੇ ਨਾਲ ਇੱਕ ਜਿਹੜੀ ਆਪਣੀ ਐਕਸਟਰਾ ਲੱਗੂਗੀ ਉਹ ਬੈਂਕ ਨੂੰ। ਜੇ ਮੰਨ ਲਓ ਤੁਸੀਂ ਕੱਲ ਨੂੰ ਕਹਿ ਦੋ ਵੀ ਮੇਰੇ ਤੋਂ ਨਹੀਂ ਹੋ ਰਿਹਾ ਫੋੜ ਜਾਂ ਕੁਛ ਵੀ ਹੈ, ਤੇ ਜਿਹੜਾ ਲੋਨ ਹੈ ਬੈਂਕ ਦਾ ਉਹ ਕਵਰ ਕਰਨਗੇ, ਉਸ ਲਈ ਉਹ ਫੀਸ ਲੱਗਦੀ ਹੈ। ਜੇ ਤੁਸੀਂ ਉਹਦੀ ਇੱਕ ਕੰਡੀਸ਼ਨ ਹੈ, ਜੇ ਤੁਸੀਂ 20% ਦੇ ਰਹੇ ਹੋ ਫਿਰ ਉਹ ਤੁਹਾਨੂੰ ਨਹੀਂ ਲੱਗੇਗੀ। ਕਲੋਜ਼ਿੰਗ ਕੋਸਟ ਦੀ ਗੱਲ ਕਰਦੇ ਹਾਂ, ਉਹ ਕਿੰਨਾ ਕੁ ਲੱਗਾ ਉੱਤੇ? ਕਲੋਜ਼ਿੰਗ ਕੋਸਟ ਜਿਹੜੀ ਜਦੋਂ ਅਸੀਂ ਬਾਏ ਕੀਤਾ ਸੀਗਾ, ਜਦੋਂ ਸਾਨੂੰ ਅਸੀਂ ਕੰਸਲਟ ਕੀਤਾ ਸੀ, ਕਹਿੰਦੇ ਵੀ ਡਿਪੈਂਡ ਕਰਦਾ ਤੁਹਾਡੇ ਹਾਊਸ ਵੈਲਿਊ ਤੇ, ਜਿਵੇਂ ਕਿ ਹੁਣ ਰਫਲੀ ਜਿਹੜਾ ਐਸਟੀਮੇਟਡ ਸੀਗਾ, ਮੈਂ 3-4 ਬੰਦਿਆਂ ਨੂੰ ਕੰਟੈਕਟ ਕੀਤਾ, ਤੇ ਮੈਨੂੰ ਮੈਂ ਇੱਕ ਆਪਣੀ ਆਊਟ ਆਫ ਕਮਿਊਨਿਟੀ ਜਿਵੇਂ ਕਿ ਗਿਆ ਬੰਦੇ ਨੂੰ ਕੰਟੈਕਟ ਕੀਤਾ, ਉਹਨੇ ਮੈਨੂੰ $1,000 ਦੀ ਕੋਟ ਕੀਤੀ ਸੀ ਵੀ ਜਿਹਦੇ ਵਿੱਚ ਉਹ ਮੇਰਾ ਸਾਰਾ ਕੁਛ ਕਰਕੇ ਦਊਗਾ। ਉਹ ਮੀਨਸ ਬੇਸਿਕਲੀ ਕਹਿ ਲਾ ਲਾਇਰ ਫੀਸ ਹੋ ਗਈ, ਲਾਇਰ ਫੀਸ ਆ, ਲਾਇਰ ਫੀਸ ਸੀਗੀ। ਜਦੋਂ ਮੈਂ ਉਹਨੂੰ ਪੁੱਛਿਆ, ਉਹ ਕਹਿੰਦਾ ਮੇਰੀ ਜਿਹੜੀ ਫੀਸ ਆ, ਮੇਰੀ ਫੀਸ ਏ ਫੀਸ ਹੈਗੀ ਆ $500 ਆ, ਮੇਨਲੀ ਜਿਹੜੀ ਇਫੈਕਟ ਕਰਦੀ ਆ ਲਾਇਰ ਫੀਸ ਹੀ ਇਫੈਕਟ ਕਰਦੀ ਆ ਕਿ ਤੁਹਾਡੇ ਜਿਹੜਾ ਕਲੋਜ਼ਿੰਗ ਕਰੀਏ। ਹੁਣ ਕਈ ਲਾਇਰ ਤੁਹਾਡਾ ਕੰਮ ਕਰਨ ਦਾ $700 ਚਾਰਜ ਕਰਦੇ, $800 ਚਾਰਜ ਕਰਦੇ, ਕੋਈ ਕਹਿੰਦਾ ਮੈਂ $400 ਕਰੂੰਗਾ, $500 ਕਰੂੰਗਾ। ਬਿਲਕੁਲ, ਬਾਕੀ ਜਿਹੜਾ ਤੁਹਾਡੀ ਅਪਰ ਜਿਹੜੀ ਉਹਨਾਂ ਦੀ ਇਨਵੈਸਟੀਗੇਸ਼ਨ ਕੋਸਟ ਆ, ਜਿਹਦੇ ਵਿੱਚ ਉਹਨਾਂ ਨੇ ਪੇਪਰ ਵਰਕ ਦੇਖਣਾ, ਪੇਪਰ ਪ੍ਰਿੰਟ ਕੱਢਣੇ, ਹੋਰ ਜਿਵੇਂ ਕਿ ਬੈਕਗਰਾਉਂਡ ਦੇ ਵਿੱਚ ਜਿਹੜੀ ਵੀ ਉਹ ਇਨਕੁਆਇਰੀ ਬੈਕਗਰਾਉਂਡ ਦੇਖਦੇ ਆ, ਤੇ ਉਹਦੀ ਜਿਹੜੀ ਫੀਸ ਆ ਉਹਦਾ ਜਿਵੇਂ ਕਿ
ਅਪ ਐਂਡ ਡਾਊਨ ਉਹ ਜਿਵੇਂ ਕਿ ਪੰਜ ਪਲੱਸ ਫਾਈਵ ਪਲੱਸ ਟੈਨ ਹੀ ਚੱਲ ਰਹੀ ਆ, ਉਹ ਪ੍ਰੈਡਿਕਟ ਨਹੀਂ ਕਰ ਸਕਦੇ, ਉਹ ਬਾਅਦ ਵਿੱਚ ਹੀ ਤੁਹਾਨੂੰ ਦੱਸ ਦੇਣਗੇ ਵੀ ਸਾਡਾ ਇੰਨਾ ਬਣਿਆ ਇੰਨਾ ਕੁ ਲੱਗਾ। ਹਾਂ ਮੀਨਸ ਬਾਕੀ ਉਹ ਆ ਕਿ ਆਪਾਂ ਰਫਲੀ ਲਾ ਲਈਏ ਜੇ ਮੰਨ ਲਓ 5 ਲੱਖ ਤੋਂ ਥੱਲੇ ਦਾ ਵੀ ਘਰ ਹੋਵੇ ਤੇ ਐਵਰੇਜ ਮੈਨੂੰ ਲੱਗਦਾ 2,000-3,000 ਤੋਂ ਜ਼ਿਆਦਾ ਉੱਤੇ ਕੁਛ ਨਹੀਂ ਜਾਂਦਾ। ਤੁਸੀਂ ਕਿਤੋਂ ਮੂਵ ਹੋ ਰਹੇ ਹੋ, ਤੁਸੀਂ ਓਨਟਾਰੀਓ 'ਚੋਂ ਜਾਂ ਬੀ ਸੀ 'ਚੋਂ ਇੱਥੇ ਆਉਣਾ, ਪਹਿਲੀ ਚੀਜ਼ ਤੁਸੀਂ ਦੇਖਣੀ ਤੁਹਾਡੀ ਇੰਪਲੋਇਮੈਂਟ। ਤੁਸੀਂ ਜੇ ਸੇਮ ਫੀਲਡ ਤੋਂ ਮੂਵ ਹੋ ਰਹੇ ਹੋ, ਸੇਮ ਫੀਲਡ 'ਚ ਮਿਲ ਜੇ, ਫਿਰ ਤਾਂ ਤੁਸੀਂ ਰਾਈਟ ਵੇ ਕਰ ਸਕਦੇ ਹੋ। ਜਿੱਦਾਂ ਕੋਈ ਆਪਣੇ ਬਾਕੀ ਆਏ ਆ ਬਰਾੜ ਹਰਾ ਮਕੈਨਿਕ ਟੂ ਮਕੈਨਿਕ ਆਇਆ ਬੰਦਾ ਹੈ ਨਾ, ਉਹ ਕੁਇਕਲੀ ਹੋ ਜਾਂਦਾ ਉਹਦੇ ਨਾਲ। ਜੇ ਤੁਸੀਂ ਫੀਲਡ ਚੇਂਜ ਕਰਦੇ ਹੋ ਤਾਂ 3 ਮਹੀਨੇ ਮਿਨੀਮਮ ਚਾਹੀਦੇ ਆ, ਕਿਉਂਕਿ ਉਹਦੇ ਵਿੱਚ ਕੀ ਹੈ ਤੁਹਾਡਾ ਪ੍ਰੋਫੈਸ਼ਨ ਸੇਮ ਹੀ ਰਹਿੰਦਾ। ਹਾਂ ਤੇ ਉਹ ਫਿਰ ਉਹ ਬੈਂਕ ਕੰਸੀਡਰ ਕਰ ਲੈਂਦਾ ਜੇ ਮੰਨ ਲਓ ਕੋਈ, ਬਟ ਉੱਦਾਂ ਵੀ ਮੰਨ ਲਓ 3 ਮਹੀਨੇ ਲਈ ਤੁਸੀਂ ਕੰਮ ਕਰਨਾ ਹੀ ਹੈ ਨਾ, ਤੇ ਕੰਮ ਕਰਨਾ ਤੇ ਪੈਸੇ ਉਹ ਸਰਕਾਰ ਭਰੇਗੀ। ਤੇ ਜੇ ਤੁਸੀਂ ਉਹ ਚੀਜ਼ ਹੈ ਕਿ ਮੀਨਸ ਤੁਸੀਂ ਪਹਿਲੇ ਇੰਪਲੋਇਮੈਂਟ ਲੈਟਰ ਲੈ ਲਓ, ਉਸ ਤੋਂ ਬਾਅਦ ਤੁਸੀਂ ਆਪਣੇ ਜਿਹੜਾ ਬੈਂਕ ਆ ਬੈਂਕ ਤੋਂ ਤੁਸੀਂ ਇੱਕ ਲੈਟਰ ਆਫ ਅਪਰੂਵਲ ਲਓ, ਤੇ ਦੈਨ ਇੱਕ ਰਿਐਲਟਰ ਲੱਭ ਕੇ ਤੇ ਆਪਣਾ ਜਿੱਥੇ ਤੁਸੀਂ ਘਰ ਲੈਣਾ ਆ ਉਹ ਚੀਜ਼ ਦੇਖ ਕੇ, ਤੇ ਮੀਨਸ ਤੁਹਾਡਾ ਬਹੁਤ ਈਜ਼ੀ ਹੋ ਜਾਂਦਾ ਕਨਸੈਪਟ ਹੈ ਨਾ। ਤੇ ਬਾਕੀ ਤੁਹਾਨੂੰ ਮੈਂ ਛੋਟਾ ਜਿਹਾ ਡੈਮੋ ਇਹਦੇ ਘਰ ਦਾ ਵੀ ਦੇ ਦਿੰਦਾ ਆ। ਬਾਕੀ ਹੁਣ ਮੈਂ ਤਾਂ ਇਹ ਜੇ ਕਹੂੰਗਾ ਜੇ ਮੈਂ ਰੈਕਮੈਂਡ ਕਰਾਂ, ਸਭ ਤੋਂ ਪਹਿਲਾਂ ਘਰ ਲੈਣ ਤੋਂ ਪਹਿਲਾਂ, ਹੁਣ ਜਦੋਂ ਮੈਂ ਰੀਸੈਂਟਲੀ ਦੇਖਿਆ ਵਾ ਲੋਕ ਕਿਸੇ ਨਾਲ ਗੱਲਬਾਤ ਕਰਕੇ ਸਾਰਿਆਂ ਨਾਲ, ਜਿਵੇਂ ਮੇਰੇ ਖਾਸ ਫਰੈਂਡ ਅਮਰ, ਜਿਵੇਂ ਕਿ ਤੂੰ ਅਮਰ ਦਾ ਉਹ ਮੀਨਸ ਸਾਡਾ ਕਾਮਨ ਫਰੈਂਡ ਹੀ ਆ ਬਰਾ, ਮੈਂ ਉਹਨੂੰ ਇਹੀ ਐਡਵਾਈਸ ਕੀਤਾ ਸੀ ਪਹਿਲਾਂ ਆ ਕੇ ਤੂੰ ਇੱਥੇ ਥੋੜੀ ਦੇਰ ਰੈਂਟ ਤੇ ਰਹਿ ਕੇ ਦੇਖ ਵੀ ਤੈਨੂੰ ਇੱਥੇ ਦਾ ਮਾਹੌਲ ਜੱਚਦਾ ਕਿ ਨਹੀਂ ਜੱਚਦਾ। ਬਿਲਕੁਲ ਬਿਲਕੁਲ, ਤੇ ਤਾਂ ਤੁਸੀਂ ਜਿਵੇਂ ਕਿ ਇਨਵੈਸਟਮੈਂਟ ਬਾਰੇ ਸੋਚੋ, ਕਿਉਂਕਿ ਇਹ ਬਹੁਤ ਵੱਡੀ ਇਨਵੈਸਟਮੈਂਟ ਆ। ਇਸ ਤੋਂ ਬਾਅਦ ਹੁਣ ਰੀਸੈਂਟਲੀ ਜਿਵੇਂ ਕਿ ਸੁਣਨੇ 'ਚ ਆਇਆ ਕਿ ਵੀ ਲੋਕਾਂ ਨੇ ਘਰ ਲੈ ਲਏ ਇੱਥੇ ਆ ਕੇ, ਕਿਸੇ ਦਾ ਦਿਲ ਨਹੀਂ ਲੱਗਿਆ, ਘਰ ਵੀ ਲੈ ਲੈਂਦੇ ਆ, ਉਹ ਬੰਦਾ ਸਟਕ ਹੋ ਜਾਂਦਾ। ਜੇ ਹੁਣ ਹਰ ਕਿਸੇ ਦਾ ਆਪਣਾ ਆਪਣਾ ਐਕਸਪੀਰੀਅੰਸ ਆ, ਆਪਣੇ ਦਾ ਅਲੱਗ ਆ, ਤੇ ਇਹੀ ਚੀਜ਼ਾਂ ਆ। ਬਾਕੀ ਤੁਸੀਂ ਜੋ ਵੀ ਤੁਹਾਨੂੰ ਲੱਗੇਗਾ ਕਿ ਕੋਈ ਤੁਹਾਡੇ ਮਨ 'ਚ ਕੋਈ ਕੁਐਸਚਨ ਹੈਗਾ, ਤੁਸੀਂ ਕੰਟੈਕਟ ਕਰ ਸਕਦੇ ਹੋ ਮੇਰੇ ਅਦੀ ਵੀਡੀਓ ਤੇ ਕਮੈਂਟ ਕਰ ਦਿਓ। ਤੇ ਮੀਨਸ ਬਾਕੀ ਤੁਹਾਨੂੰ ਥੋੜਾ ਛੋਟਾ ਮੋਟਾ ਜਿੰਨਾ ਕੁ ਐਡਮਿੰਟਨ ਦਾ ਮੈਂ ਦਿਖਾ ਸਕਦਾ ਜਿੰਨੀ ਦੇਰ ਮੈਂ ਇੱਥੇ ਹੈਗਾ, ਕਿਉਂਕਿ ਸਵੇਰੇ ਫਲਾਈਟ ਆ ਤੇ ਫਿਰ ਜਾਣਾ, ਫਿਰ ਨੈਕਸਟ ਵੀਕ ਆ ਕੇ ਫਿਰ ਥੋੜ੍ਹਾ ਬਹੁਤਾ ਦਿਖਾਊਂਗਾ। ਅਤੇ ਉਨੀ ਦੇਰ ਤੱਕ ਤੁਸੀਂ ਵੀਡੀਓ ਦੇਖੋ ਅਤੇ ਇੰਜੋਏ ਕਰੋ, ਅਤੇ ਮਿਲਦੇ ਹਾਂ ਛੇਤੀ ਤੁਹਾਨੂੰ। ਅਤੇ ਬਾਕੀ ਛੋਟਾ ਜਿਹਾ ਮੈਂ ਤੁਹਾਨੂੰ ਕਲਿੱਪ ਪਾ ਦਿੰਦਾ ਹਾਂ ਘਰ ਦਾ। ਮੋਸਟਲੀ ਬੇਸਮੈਂਟ ਆ ਇੱਦਾਂ ਹੀ ਹੁੰਦੀਆਂ ਆ ਸਾਰੇ ਪਾਸੇ, ਅਤੇ ਇਹ ਆ ਕਿ ਚਲੋ ਫਲੋਰਿੰਗ ਹੋਈ ਪਈ ਆ ਅਤੇ ਉਹਦੇ ਨਾਲ ਥੋੜ੍ਹਾ ਜਿਹਾ ਬਚਾਅ ਹੋ ਜਾਂਦਾ। ਪਿੱਛੇ ਬੈਡਰੂਮ ਆ ਉਹਦੇ ਬਣੇ ਹੋਏ, ਇੱਕ ਤਾਂ ਉਹ ਹੋਣਾ ਫਰਨੈਸ ਰੂਮ ਹੈ ਨਾ, ਉਹ ਤਾਂ ਇੱਕ ਮੰਡੇਟਰੀ ਹੁੰਦਾ ਆ ਸਾਰੇ ਬੰਨੇ, ਇਹ ਹੁੰਦਾ ਜੀ ਜਗਾੜ ਸਾਰਾ ਫਰਨੈਸ ਦਾ। ਇੱਥੇ ਦੱਸੂਗਾ ਕੀ ਕੀ ਆ ਮੋਟਾ ਮੋਟਾ। ਹਾਂ ਇਹਦਾ ਕੀ ਕੰਮ ਹੈਗਾ ਆਪਣਾ ਘਰ 'ਚ, ਜਿਹੜਾ ਜਿੰਨਾ ਵੀ ਜਿੱਦਾਂ ਆਪਣੇ ਇੰਡੀਆ 'ਚ ਗੀਜ਼ਰ ਹੁੰਦੇ ਆ, ਇੱਥੇ ਇਹ ਵੱਡਾ ਗੀਜ਼ਰ ਆ ਸਾਰੇ ਘਰ ਨੂੰ ਸਪਲਾਈ ਦਿੰਦਾ ਆ। ਇੱਥੇ ਹੀਟ ਤੇ ਵੈਂਟੀਲੇਸ਼ਨ ਚਾਹੀਦੀ ਹੁੰਦੀ ਆ, ਤੇ ਉਸ ਚੀਜ਼ ਲਈ ਆ ਕਿ ਸਾਰੇ ਘਰ 'ਚ ਗਰਮ ਹਵਾ ਤੇ ਠੰਡੀ ਹਵਾ ਜੇ ਆ। ਇੱਧਰੋਂ ਏ ਸੀ ਤੇ ਬਾਹਰੋਂ ਹੁੰਦਾ ਵੈਂਟ, ਤੇ ਇਹਦੇ ਹੀਟ ਦੀ ਇੱਥੋਂ ਹੁੰਦੀ ਆ। ਤੇ ਜਦੋਂ ਘਰ ਲੈਣਾ ਹੁੰਦਾ ਉਦੋਂ ਕੁਛ ਚੈੱਕ ਕੀਤਾ ਸੀ ਕਿ ਇੰਸਪੈਕਸ਼ਨ ਕਰਾਈ ਸੀ ਆ ਕਿੱਦਾਂ? ਇਨਸਪੈਕਸ਼ਨ ਯੂਜੂਲੀ ਜਦੋਂ ਵੀ ਆਪਾਂ ਮੇਨਟੇਨ ਕਰਦੇ ਆ, ਕੋਈ ਵੀ ਮੇਨਟੇਨ ਕਰਕੇ ਜਾਂਦਾ, ਆਪਣੇ ਸਟicker ਲਾ ਕੇ ਜਾਂਦਾ। ਠੀਕ ਹੈ, ਮੀਨਸ ਉੱਤੇ ਲਿਖਿਆ ਹੁੰਦਾ ਉਹਨਾਂ ਨੇ ਕਿ ਕਿੰਨਾ ਕਿੰਨਾ ਹੈ ਨਾ। ਰੀਸੈਂਟਲੀ ਕਦੋਂ ਇਹਦੀ ਹੋਈ ਆ ਬਈ ਇਨਸਪੈਕਸ਼ਨ, ਕਦੋਂ ਹੋਈ ਆ, ਕਦੋਂ ਹੋਈ ਆ। ਐਵਰੇਜ ਜਿਹੜੀ ਆ ਆਪਣਾ ਜਦੋਂ ਤੁਸੀਂ ਘਰ ਲਿੱਤਾ ਇਹ ਨਵਾਂ ਪਾਇਆ ਸੀ ਉਦੋਂ ਪੰਪ ਕਿ ਪਾਇਆ ਜਾਂ ਕੁਝ ਤੈਨੂੰ ਮੇਨਟੇਨੈਂਸ ਉੱਤੇ ਕਰਾਣੀ ਪਈ? ਉਹ ਤਾਂ ਉਹਦਾ ਆਪਦਾ ਹੀ ਕਰਾਇਆ ਹੋਇਆ ਸੀ। ਠੀਕ ਹੈ, ਤਾਂ ਬਸ ਉਹਦਾ ਲਿਖਿਆ ਹੁੰਦਾ ਕਿ ਇਹਦੀ ਇੰਨੀ ਕੁ ਵੈਲਿਡਿਟੀ ਹੁੰਦੀ ਆ ਇਹਦੀ। ਉੱਤੇ ਲਿਖਿਆ ਹੋਇਆ ਦੇਖੋ ਤੁਸੀਂ
2018 ਵਿੱਚ ਇੰਸਟਾਲ ਹੋਇਆ ਸੀ ਨਵਾਂ ਟੈਂਟ 2018 ਚ ਹੈ ਨਾ, ਮੰਨ ਲਾ ਜੇ 20 ਸਾਲ ਦੀ ਆਪਾਂ ਲਾਉਨੇ ਆ, ਬਾਅਦ ਇੰਜ ਮੈਂ ਇਹਨਾਂ ਨੇ ਲਿਖਿਆ ਕਿ ਉਹਦੀ ਸਰਵਿਸ ਕਰਾਓ, ਖਰਾਬ ਨਿਕਲੀ ਤਾਂ ਤੁਹਾਨੂੰ ਖਰਚਾ ਵਾਧੂ ਪੈਂਦਾ ਮੇਨਟੇਨੈਂਸ ਦਾ ਉਹਦੇ ਲਈ। ਫੋਰ ਐਗਜ਼ਾਮਪਲ ਫਰਨਸ ਦਾ, ਫਰਨਸ ਦੇ ਵਿੱਚ ਰੈਗੂਲਰਲੀ ਤੁਹਾਨੂੰ ਫਿਲਟਰ ਚੇਂਜ ਕਰਨਾ ਪੈਂਦਾ ਹੈਗਾ, ਕਿਉਂਕਿ ਜਦੋਂ ਇਹ ਹਵਾ ਨੂੰ ਖਿੱਚਦਾ ਵਾ, ਹਵਾ ਦੇ ਵਿੱਚ ਕੀ ਹੁੰਦਾ ਕਿ ਵੀ ਡਸਟ ਪਾਰਟੀਕਲਸ ਵੀ ਹੁੰਦੇ ਆ, ਹਾਂ ਘੱਟਾ ਜਿਹੜਾ ਹੋਣਾ ਆ ਬਾਹਰੋਂ ਆਉਣਾ ਇੱਥੋਂ। ਫਿਲਟਰ ਜਿਵੇਂ ਕਿ ਤੁਹਾਨੂੰ ਇਹ ਰეკਮੈਂਡ ਕਰਦੇ ਆ ਕਿ ਵੀ ਤੁਸੀਂ ਮਹੀਨੇ 2 ਮਹੀਨੇ ਬਾਅਦ ਚੇਂਜ ਕਰ। ਇੰਨਾ ਕਦੇ ਸੁੱਖੇ ਸਾਡੇ ਉੱਥੇ ਰੂਮ ਦਿੱਤਾ ਦਾ ਸੀ ਉਹਨੇ, ਸਾਡੇ ਨਾਲ ਰਹਿੰਦਾ ਹੀ ਬੰਦਾ, ਇਹ ਤਾਂ ਚਲੋ ਇਹਨਾਂ ਸਟੋਰੀ ਬਣਾਈ ਹੋਈ ਆ ਨਹੀਂ, ਇਹਦੇ ਬ੍ਰੈਂਪਟਨ 'ਚ ਇਹ ਵੀ ਇਹਦੀ ਇਹਦਾ ਬਹੁਤ ਮੁੱਲ ਪੈ ਜਾਂਦਾ ਆ, ਇੱਥੇ ਦੋ ਬੰਦੇ ਚੜਾ ਕੇ 400 ਨੂੰ ਤੇ 800 ਨੂੰ ਜਾਂਦਾ ਸੀ ਇਹ ਮਹੀਨੇ। ਮੈਂ ਪੁੱਛਿਆ ਸੀ ਕਿਸੇ ਨੂੰ ਇਹ ਲਾ ਕੇ, ਮੈਨੂੰ ਮੈਂ ਕਈ ਜਦੋਂ ਕੋਟ ਕੋਟੇਸ਼ਨ ਲਈ ਸੀਗੀ ਜਿਵੇਂ ਕਿ ਵਾਸ਼ਰੂਮ ਕਰਕੇ ਸੀ, ਉਹ ਕਹਿੰਦੇ ਜਦੋਂ ਵਾਸ਼ਰੂਮ ਵੀ ਐਡ ਹੋ ਗਿਆ ਆਰਾਮ ਨਾਲ ਜਿਵੇਂ ਕਿ ਤੁਹਾਡੀ 1000 ਕਟਾਂਦਰ ਨੂੰ ਇਹ ਚੜ ਬੇਸਮੈਂਟ। ਸੋ ਭਾਈ ਤੁਹਾਨੂੰ ਦਿਖਾਉਂਦੇ ਥੋੜ੍ਹਾ ਜਿਹਾ ਬਾਹਰ ਜਾ ਕੇ ਵੀ ਕਿ ਕਿਵੇਂ ਦਾ ਮਾਹੌਲ ਆ, ਆਪਾਂ ਚੱਲਦੇ ਗੇੜੀ ਗੁੜੀ ਮਾਰ ਕੇ ਆਉਂਦੇ, ਆਪਣੇ ਵੀ ਓਪੀਨੀਅਨ ਦਊਂਗਾ ਕਿਉਂਕਿ ਮੈਂ ਕੈਲਗਰੀ ਰਹਿਣਾ ਅਤੇ ਬਾਕੀ ਜਿਹੜਾ ਸੁੱਖ ਆ ਇੱਥੇ ਸੁੱਖੇ ਨਾਲ ਆਪਾਂ ਗੱਲਬਾਤ ਕਰਦੇ ਹੋਊਗਾ। ਸੋ ਗਾਇਜ਼ ਇਹ ਹੈਗਾ ਘਰ ਦਾ ਬੈਕ ਸਾਈਡ, ਅਤੇ ਇੱਥੇ ਤੁਸੀਂ ਗੱਡੀ ਪਾਰਕ ਕਰ ਸਕਦੇ ਹੋ, ਮੋਸਟਲੀ ਗਰਾਜ ਬਣੇ ਹੁੰਦੇ, ਕਿਤੇ ਬਣਿਆ ਨਹੀਂ ਹੋਇਆ, ਇਹਨੇ ਬਣਵਾਉਣਾ ਸੀ ਅਜੇ, ਬਟ ਫਿਰ ਵੀ ਮੈਨੂੰ ਇਹ ਘਰ ਬਹੁਤ ਸੋਹਣਾ ਲੱਗਾ, ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗਾ, ਅਤੇ ਜੇ ਤੁਸੀਂ ਐਡਮਿੰਟਨ ਮੂਵ ਹੋਣ ਦਾ ਸੋਚਦੇ ਹੋ ਤਾਂ ਕਮੈਂਟ ਕਰੀਓ, ਜੇ ਕੋਈ ਹੈਲਪ ਚਾਹੀਦੀ ਆਪਾਂ ਡੈਫੀਨੇਟਲੀ ਤੁਹਾਨੂੰ ਰਿਕਮੈਂਡ ਕਰੂੰਗੇ ਏਰੀਆ, ਅਤੇ ਮੇਰੇ ਫਰੈਂਡ ਵੀ ਹੈਗੇ ਰਿਐਲਟਰ ਜਿਹੜੇ ਤੁਹਾਡੀ ਹੈਲਪ ਕਰ ਸਕਦੇ। ਸੋ ਬਈ ਸਾਡਾ ਸਫ਼ਰ ਕੰਪਲੀਟ ਹੋਇਆ ਮਿਨੀਸੋਟਾ ਅਤੇ ਮਿਨੀਐਪੋਲਿਸ ਤੋਂ ਮੁੜ ਕੇ, ਸੁੱਖੇ ਨੇ ਸਾਨੂੰ ਜਾਣ ਲੱਗੇ ਵੀ ਪੂਰੀ ਹੈਲਪ ਕੀਤੀ ਛੱਡ ਕੇ ਆਇਆ, ਅਤੇ ਹੁਣ ਵੀ, ਅਤੇ ਹੁਣ ਆਪਾਂ ਚੱਲੇ ਹਾਂ ਵਾਪਸ ਆਪਣੇ ਘਰ ਕੈਲਗਰੀ 'ਚ, ਅਤੇ ਬਹੁਤ ਵਧੀਆ ਹੋਸਟ ਕੀਤੀ, ਸਵੇਰੇ ਸਵੇਰੇ ਪਰੌਂਠੇ ਪਰੌਂਠੇ ਖਾਧੇ ਆਪਾਂ ਸੁੱਖੇ ਦੇ ਹੱਥੇ ਬਣੇ, ਬਹੁਤ ਵਧੀਆ ਕੋਕਾ ਸਾਡਾ ਮੁੰਡਾ, ਅਤੇ ਬਾਕੀ ਤੁਹਾਨੂੰ ਘਰ ਇਹਦਾ ਦਿਖਾ ਦਿੱਤਾ ਸੀਗਾ, ਅਤੇ ਬਾਕੀ ਆਪਾਂ ਹੁਣ ਐਡਮਿੰਟਨ ਤੋਂ ਕੈਲਗਰੀ ਸਫ਼ਰ ਕੰਟੀਨਿਊ ਕਰਦੇ ਹਾਂ, ਮਿਲਦੇ ਹਾਂ ਛੇਤੀ, ਚੰਗਾ ਵੀ ਸੁੱਖਿਆ, ਫਿਰ ਮਿਲਾਂਗੇ ਛੇਤੀ, ਟੇਕ ਕੇਅਰ।